MS ਬਿੱਟਾ ਨਿਊਜ਼ 18 ਤੇ ਜੁੜੇ ਆ। ਬਿੱਟਾ ਸਾਹਿਬ, ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਇੱਕ ਪੈਨਲ ਬਣਿਆ ਹੋਇਆ ਔਰ ਲਗਾਤਾਰ ਹੁਣ ਉਹਨਾਂ ਨੂੰ ਰਿਹਾਈ ਦੀ ਗੱਲ ਜਿਹੜੀ ਹੈ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਉੱਠ ਰਹੀ ਹੈ, ਕਿਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਹੋ? ਦੇਖੋ ਜੀ, ਮੈਂ ਕਈ ਸਾਲਾਂ ਤੋਂ ਬਿਲਕੁਲ ਚੁੱਪ ਬੈਠਾ ਸੀ ਜੀ। ਕਿ ਜੋ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਜਾਂ ਕੋਰਟ ਤੇ ਜੋ ਫੈਸਲਾ ਆਏਗਾ ਆਪਾਂ ਨੂੰ ਮਨਜ਼ੂਰ ਹੈ ਜੀ ਜੀ। ਹੁਣ ਇੱਥੇ ਤਾਂ ਉਹ ਗੱਲ ਹੋ ਗਈ, ਨਾਲੇ ਖਾਣਾ ਨਾਲੇ ਘੂਰਨਾ ਨਾਲੇ ਬੰਬ ਚਲਾਤੇ ਸਾਡੇ ਤੇ ਜੀ, 35 ਬੰਦੇ ਸ਼ਹੀਦ ਕਰ ਦਿੱਤੇ ਜੀ, ਤੇ ਜਿਹੜੇ ਪੰਜਾਬ ਚ ਬੇਗੁਨਾਹ ਦਾ ਲੋਕਾਂ ਦਾ ਕਤਲੇਆਮ ਤੇ ਯੂਪੀ ਦੇ ਵਿੱਚ ਭੁੱਲਰ ਨੇ ਕਰ ਦਿੱਤਾ ਜੀ। ਉਸ ਤੋਂ ਬਾਅਦ ਰੋਜ਼ ਧਮਕੀਆਂ ਦੇਣੀਆਂ, ਰੋਜ਼ ਥ੍ਰੈਟ ਕਰਨਾ ਔਰ ਖੁੱਲੇਆਮ ਫੋਟੋਆਂ ਲਾ ਕੇ ਕਰਨਾ ਵੀ ਇਹਨੂੰ ਛੱਡ ਦਿੱਤਾ ਜਾਵੇ, ਇਹਨੂੰ ਬੰਦੀ ਸਿੱਖ ਬਣਾ ਦੇਣਾ। ਤੁਸੀਂ ਮੈਨੂੰ ਦੱਸੋ, ਜਿਹੜਾ ਬੇਗੁਨਾਹਾਂ ਦੇ ਕਾਤਲ ਹੁੰਦੇ ਨੇ ਉਹ ਬੰਦੀ ਸਿੱਖ ਹੁੰਦੇ ਨੇ? ਬੰਦੀ ਸਿੱਖ ਇੱਕ ਬੜਾ ਸਿੱਖ ਕੌਮ ਦੇ ਵਿੱਚ ਵੱਡਾ ਨਾਂ, ਪੁਰਾਣੇ ਟਾਈਮ ਤੇ ਇਤਿਹਾਸਾਂ ਦੇ ਵਿੱਚ ਚੱਲਿਆ ਕਰਦਾ ਸੀ ਗੁਰੂ ਮਹਾਰਾਜ ਦੇ ਟਾਈਮ ਦੇ ਉੱਤੇ ਜੀ। ਬੇਗੁਨਾਹ ਦੇ ਲੋਕਾਂ ਨੂੰ ਬੰਦੀ ਸਿੱਖ ਕਹਿੰਦੇ ਨੇ ਜੀ। ਮੈਂ ਦਿੱਲੀ ਦੀ ਜਿਹੜੀ ਕਮੇਟੀ ਹੈ, ਸਰਕਾਰ ਦੀ ਜਿਹੜੀ ਕਮੇਟੀ ਹੈ, ਪੁਲਿਸ ਅਫਸਰ ਵੀ ਸ਼ਾਮਿਲ ਨੇ ਉੱਥੇ, ਜੱਜ ਵੀ ਸ਼ਾਮਿਲ ਨੇ ਉੱਥੇ, ਸਰਕਾਰ ਵੀ ਸ਼ਾਮਿਲ ਹੈ ਜੀ। ਮੈਂ ਐਫੀਡੈਵਿਟ ਦੇ ਕੇ ਉਹ ਕਮੇਟੀ ਵਾਲਿਆਂ ਨੂੰ ਇਹ ਕਹਿਤਾ, ਜੇ ਕੱਲ ਨੂੰ ਮੇਰੇ ਤੇ ਹਾਦਸਾ ਹੋਇਆ ਕੋਈ ਤੇ ਜੀ, ਇੱਕ ਜ਼ਿੰਮੇਦਾਰ ਪੂਰੀ ਕਮੇਟੀ ਹੋਏਗੀ, ਇਹ ਮੈਂ ਉਹਨਾਂ ਨੂੰ ਲਿਖ ਕੇ ਐਫੀਡੈਵਿਟ ਆਪਣਾ ਦੇ ਦਿੱਤਾ। ਕਿਸ ਕਮੇਟੀ ਨੂੰ ਤੁਸੀਂ ਕਿਹਾ ਵਾ ਜੀ? ਜੀ, ਕਿਹੜੀ ਕਮੇਟੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਇੱਕ ਵਾਰੀ ਥੋੜਾ ਜਿਹਾ ਕਲੀਅਰ ਕਰੋ। ਇਹ ਜਿਹੜੀ ਕਮੇਟੀ ਸਟੇਟ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਦੀ ਜੁਆਇੰਟ ਕਮੇਟੀ ਹੁੰਦੀ ਹੈ ਜੀ, ਦਿੱਲੀ ਦੀ ਜੀ, ਉਹਦੇ ਵਿੱਚ ਪੁਲਿਸ ਆਫੀਸਰ ਹੁੰਦੇ ਨੇ ਜੀ, ਜਿਹੜਾ ਉਹਨਾਂ ਦਾ ਇੰਡੀਪੈਂਡੈਂਟ ਰੋਲ ਹੁੰਦਾ, ਉਹ ਸਰਕਾਰ ਦੇ ਅੰਡਰ ਨਹੀਂ ਹੁੰਦੇ, ਉਹ ਇਹਨਾਂ ਇੰਡੀਪੈਂਡੈਂਟ ਰੋਲ, ਦਿੱਲੀ ਪੁਲਿਸ ਯੂਟੀ ਚਾਹੁੰਦੀ ਹੈ ਇੰਡੀਪੈਂਡੈਂਟ ਹੈ। ਉਹਦੇ ਕੋਲ ਜੱਜ ਹੁੰਦੇ ਨੇ, ਉਹਦੇ ਕੋਈ ਐਡਵੋਕੇਟ ਜਨਰਲ ਹੁੰਦੇ ਨੇ ਜੀ, ਦਿੱਲੀ ਸਰਕਾਰ ਦਾ ਕੋਈ ਮਿਨਿਸਟਰ ਹੁੰਦਾ ਜੀ, ਇਹਨਾਂ ਦੀ ਜੁਆਇੰਟ ਕਮੇਟੀ ਹੁੰਦੀ ਹੈ ਜੀ, ਠੀਕ ਹੈ ਨਾ? ਤੇ ਉਹ ਕਮੇਟੀ ਨੇ ਮੈਂ ਜ਼ਿੰਮੇਵਾਰੀ ਪਾਤੀ, ਮੈਂ ਕਿਹਾ ਮਜ਼ਾਕ ਥੋੜਾ, ਅੱਗੇ ਮੇਰੇ ਤੇ ਬਲਾਸਟ ਕਰੋ। ਤੁਸੀਂ ਕਹਿ ਰਹੇ ਹੋ ਕਿ ਤੁਸੀਂ ਉਹਨਾਂ ਨੂੰ ਐਫੀਡੈਵਿਟ ਲਿਖ ਕੇ ਦਿੱਤਾ ਵਾ ਕਿ ਅਗਰ ਤੁਹਾਨੂੰ ਕੋਈ ਕੁਝ ਹੁੰਦਾ ਹੈ ਤਾਂ ਫਿਰ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ? ਨਹੀਂ, ਕਿਉਂ ਨਹੀਂ, ਉਹ ਪਹਿਲਾਂ ਤਾਂ ਦੇਖੋ ਜੀ, ਇਹ ਫਾਂਸੀ ਤੋਂ ਬਚ ਗਿਆ ਜੀ, ਪਹਿਲਾਂ ਇਹ ਫਾਂਸੀ ਤੋਂ ਬਚ ਗਿਆ, ਇਹਨੂੰ ਫਾਂਸੀ ਪਹਿਲਾਂ ਚਾਰ ਬੰਦੇ ਸੀ, ਜਿਹ ਚ ਦਿਆ ਸਿੰਘ ਲਾਹੌਰੀਆ ਸੀ, ਇੱਕ ਮੈਡਮ ਸੀ, ਇੱਕ ਹਰਨੇਕ ਸਿੰਘ ਭੱਪ ਸੀ, ਤਿੰਨ ਬੰਦੇ ਬਚ ਗਏ ਕਿਸੇ ਤਰੀਕੇ ਨਾਲ। ਫਿਰ ਇਹ ਮੇਨ ਕਾਬੂ ਇਹ ਭੁੱਲਰ ਆ ਗਿਆ, ਇਹਨੂੰ ਜਰਮਨੀ ਤੋਂ ਰਾਜਸਥਾਨ ਦੀ ਪੁਲਿਸ ਫੜ ਕੇ ਲਿਆਈ, ਕੋਰੋਨਾ ਤੇ ਫੜ ਕੇ ਲਿਆਉਣ ਦੇ ਵਿੱਚ ਲੱਗਾ, ਫਿਰ ਇਹਨਾਂ ਨੇ ਅਪਰੋਚ ਕਰਕੇ ਕਿਸੇ ਤਰੀਕੇ ਦੇ ਨਾਲ ਫਿਰ ਉਹਨੂੰ ਫਾਂਸੀ ਦੇ ਫੰਦੇ ਤੋਂ ਬਚਾ ਲਿਆ। ਮੈਨੂੰ ਯਾਦ ਹੈ, ਮੈਨੂੰ ਸਰਦਾਰ ਸਰਲੋਚਨ ਸਿੰਘ ਜੀ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ, ਮੈਂ ਉਹਨਾਂ ਦੀ ਬੜੀ ਇੱਜ਼ਤ ਕਰਦਾ, ਮੈਨੂੰ ਉਹਨਾਂ ਦਾ ਫੋਨ ਆਇਆ, ਉਹ ਫਾਂਸੀ ਦੇ ਫੰਦੇ ਤੇ ਚੜ੍ਹਨ ਲੱਗਾ ਸੀ ਜੀ, ਮੈਨੂੰ ਆਇਆ ਕਿ ਬੇਟੇ ਇਹਨਾਂ ਦੀ ਮਦਰ ਬਿਮਾਰ ਹੈ, ਉਹ ਵਾਕਈ ਭੁੱਲਰ ਦੀ ਮਦਰ ਬਿਮਾਰ ਸੀ, ਤੇ ਬੇਟਾ ਫਾਂਸੀ ਤੋਂ ਬਚਾ ਦਿਓ। ਮੈਂ ਚੁੱਪ ਰਹਿ ਗਿਆ, ਮੈਂ ਜਿਹੜੀ ਕਾਰਵਾਈ ਅੱਗੇ ਕੋਰਟ 'ਚ ਜਾ ਕੇ ਕਰਨੀ ਸੀ ਮੈਂ ਨਹੀਂ ਕੀਤੀ। ਸਵਾਲ ਇਹ ਹੈ, ਇਹ ਬੰਦੀ ਸਿੱਖਾਂ ਦੀ ਗੱਲ ਕਰਨ ਵਾਲੇ ਇਹ ਕਿਸੇ ਦੇ ਵੀ ਨਹੀਂ, ਇਹ ਨਾ ਕਾਂਗਰਸ ਦੇ ਨੇ, ਨਾ ਬੀਜੇਪੀ ਦੇ ਨੇ, ਨਾ ਆਮ ਪਾਰਟੀ ਦੇ ਨੇ, ਨਾ ਇਹ ਅਕਾਲੀਆਂ ਦੇ ਨੇ, ਜਿਹੜੇ ਮੁੱਦਾ ਇਹ ਉਠਾਉਂਦੇ ਨੇ। ਇਹਨਾਂ ਨੇ ਹਰ ਇੱਕ ਨੂੰ ਮੰਡੇ ਸ਼ਬਦ ਬੋਲਣਾ, ਫਾਂਸੀ ਜਦੋਂ ਲੱਗਣਾ ਸੀ ਉਦੋਂ ਕਾਂਗਰਸ ਨੇ ਵੀ ਮਦਦ ਕੀਤੀ ਬਚਣ, ਉਦੋਂ ਆਮ ਪਾਰਟੀ ਨੇ ਵੀ ਮਦਦ ਕੀਤੀ, ਕਿ ਅੱਜ ਇਹ ਦੋਨਾਂ ਨੂੰ ਗਾਲਾਂ ਨਹੀਂ ਕੱਢਦੇ। ਪੰਜਾਬ ਦੇ ਵਿੱਚ ਜਦੋਂ ਜੇਲ੍ਹ 'ਚ ਲਿਆਂਦਾ ਗਿਆ, ਉਹਨੂੰ ਸ਼ਿਫਟ ਕੀਤਾ ਗਿਆ, ਅਕਾਲੀ ਦਲ ਨੇ ਇਹਨਾਂ ਨੂੰ ਜੇਲ੍ਹ ਦੇ ਵਿੱਚੋਂ, ਤੁਸੀਂ ਹਸਪਤਾਲ ਦੇ ਵਿੱਚ ਦੇਖਿਆ, ਉੱਥੇ ਦਾਖਲ ਕਰਾਤਾ ਏਅਰ ਕੰਡੀਸ਼ਨ ਕਮਰੇ 'ਚ, ਕੀ ਇਹ ਅਕਾਲੀਆਂ ਨੂੰ ਗਾਲਾਂ ਨਹੀਂ ਕੱਢਦੇ? ਜੀ, ਮੈਂ ਪੁੱਛਣਾ ਚਾਹੁੰਦਾ, ਕਿਉਂਕਿ ਅਕਾਲੀ ਦਲ ਵੱਲੋਂ SGPC ਵੱਲੋਂ ਇੱਕ ਕੈਂਪੇਨ ਚਲਾਈ ਗਈ, ਸਿਗਨੇਚਰ ਕੈਂਪੇਨ ਚਲਾਈ ਗਈ, ਔਰ ਉਹ ਲਗਾਤਾਰ ਕਹਿ ਰਹੇ ਨੇ ਕਿ ਭੁੱਲਰ ਹੋਰਾਂ ਦੀ ਸਿਹਤ ਖਰਾਬ ਹੈ, 25 ਸਾਲ ਤੋਂ ਜੇਲ੍ਹ 'ਚ ਬੰਦ ਨੇ, ਔਰ ਉਹਨਾਂ ਦੀ ਸਿਹਤ ਦੀ ਧਿਆਨ ਰੱਖਦੇ ਹੋਏ ਜਿਹੜਾ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ, ਇਹ ਅਕਾਲੀ ਦਲ ਤੇ SGPC ਕਹਿ ਰਹੇ। ਨਹੀਂ, ਮੈਂ ਅਕਾਲੀ ਦਲ ਹੋਵੇ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਬੰਦੀ ਸਿੱਖਾਂ ਦੀ ਗੱਲ ਕਰਕੇ,
ਵੱਖਰੀਆਂ ਵੱਖਰੀਆਂ ਆਰਗੇਨਾਈਜੇਸ਼ਨਾਂ ਹੋਣ, ਇਹਨਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਮੇਰੇ ਨਾਲ 35 ਲੋਕ ਸ਼ਹੀਦ ਹੋਏ, ਮੇਰੀਆਂ ਲੱਤਾਂ ਗਈਆਂ, ਮੈਨੂੰ ਕੋਈ ਦੁੱਖ ਨਹੀਂ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਚੜਾਵਾ ਚੜਦਾ, ਜਿਹੜਾ ਲੋਕੀ ਹਿੰਦੂ ਮੁਸਲਮਾਨ ਸਿੱਖ ਈਸਾਈ ਕਰਦੇ ਨੇ, ਕਿ ਉਹ ਇਹਨਾਂ ਨੂੰ ਬੇਗੁਨਾਹਾਂ ਦੇ ਕਾਤਲਾਂ ਨੂੰ ਬਚਾਉਣ ਨਹੀਂ ਲੱਗਦਾ? ਮੈਨੂੰ ਕਦੀ ਆ ਕੇ ਕਿਸੇ ਨੇ ਪੁੱਛਿਆ ਭਾਈ ਤੇਰਾ ਕੀ ਹਾਲ ਹੈ? ਜਿਹੜੇ ਬੱਚੇ ਯਤੀਮ ਹੋ ਗਏ, ਬਾਪ ਚਲਾ ਗਿਆ, ਬੱਚੇ ਹਜੇ ਤੱਕ ਧੱਕੇ ਖਾਂਦੇ ਫਿਰਦੇ ਨੇ ਉਹਨਾਂ ਦੇ, ਅੱਜ ਵੱਡੇ ਹੋ ਗਏ, ਪਤਾ ਨੀ ਕਿੱਥੇ ਕਿੱਥੇ ਚਲੇ ਗਏ, ਕੀ ਉਹਨਾਂ ਦੇ ਘਰਾਂ 'ਚ ਕਦੀ ਗਏ? ਲੇਕਿਨ ਅਕਾਲੀ ਦਲ ਔਰ SGPC ਕਹਿ ਰਹੇ ਕਿ 25 ਸਾਲ ਹੋ ਗਏ ਨੇ, ਸਜ਼ਾਵਾਂ ਪੂਰੀਆਂ ਹੋ ਗਈਆਂ ਨੇ, ਸਿਹਤ ਖਰਾਬ ਹੈ। ਭੁੱਲਰ ਨੂੰ, ਭੁੱਲਰ ਫਾਂਸੀ ਤੋਂ ਬਚ ਗਿਆ ਨਾ ਜੀ, ਭੁੱਲਰ ਫਾਂਸੀ ਤੋਂ ਕਿਉਂ ਬਚਿਆ? ਲੋਕਾਂ ਨੇ ਫਾਂਸੀ ਤੋਂ ਬਚਾਇਆ, ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਦਿੱਤੀ ਜੀ, ਜਿੰਨੀ ਦੇਰ ਇਹਦਾ ਜੀਵਨ ਹੈ ਇਹਨੂੰ ਉਹਦੇ 'ਚ ਰਹਿਣਾ ਪਏਗਾ। ਦੂਸਰੀ ਗੱਲ, ਮੈਂ ਸੁਪਰੀਮ ਕੋਰਟ 'ਚ ਵੀ ਇੱਕ ਪਾਈ ਐਪਲੀਕੇਸ਼ਨ ਵੀ ਇਹਦੀ ਜਾਂਚ ਕੀਤੀ ਜਾਵੇ, ਜਿਹੜੇ ਜਿਹੜੇ ਡਾਕਟਰ ਇਹਦੀ ਜਾਂਚ ਕਰਦੇ ਸੀ ਉਹ ਡਾਕਟਰਾਂ ਨਾਲ ਮਿਲੀ ਭੁੱਖ ਸੀ, ਡਾਕਟਰਾਂ ਨੂੰ ਪੈਸੇ ਆਉਂਦਾ ਰਿਹਾ, ਇਹਦਾ ਅਮਰੀਕਾ ਤੋਂ ਫੰਡਿੰਗ ਆਉਂਦੀ ਰਹੀ, ਕਰੋੜਾਂ ਦੀ ਫੰਡਿੰਗ ਆਉਂਦੀ ਰਹੀ ਹੈ, ਗੁਰਦੁਆਰਾ ਸਾਹਿਬ ਤੋਂ ਪੈਸੇ ਇਕੱਠੇ ਹੋ ਕੇ ਜਾਂਦੇ ਰਹੇ ਨੇ, ISI ਤੋਂ ਪੈਸੇ ਇਕੱਠੇ ਹੋ ਕੇ ਜਾਂਦੇ, ਉਹਦੀ ਇਨਕੁਆਰੀ ਕਰੇ ਜੀ, ਉਹਦੀ NIA ਇਨਕੁਆਰੀ ਕਰੇ, ਜਿਹੜੀ ਫੰਡਿੰਗ ਹੈ ਉਹ ਕਿੱਥੋਂ ਆਉਂਦੀ ਰਹੀ, ਇਹਨੂੰ ਬਚਾਉਣ ਲਈ ਡਾਕਟਰਾਂ ਨੂੰ ਪੈਸੇ ਜਾਂਦੇ ਰਹੇ ਨੇ ਸਾਰੇ ਉੱਥੇ। ਹੁਣ ਤੁਸੀਂ ਦੇਖੋ, ਮੁਕਲ ਰੱਤੋ ਦੀ ਵਕੀਲ, ਮੇਰੀ ਗੱਲ ਮੁਕਲ ਰੱਤੋ ਕੀ ਵਕੀਲ, ਇੱਕ ਟੈਸਟ ਕੋਰਟ ਦੀ ਫੀਸ ਉਹਦੀ 25 ਲੱਖ ਹੈ ਜੀ, ਤੇ ਮੈਂ ਕਿੱਥੋਂ 25 ਲੱਖ ਖਰਚ ਕਰ ਦੂ ਦੱਸੋ ਜੀ? ਅੱਤਵਾਦੀ ਤੇ ਵਕੀਲ ਮੁਕਲ ਰੱਤੋ ਕੀ, ਤੇ ਮਿੱਟੇ ਦੇ ਵਕੀਲ ਸਧਾਰਨ, ਮੈਨੂੰ ਤਾਂ ਫੌਰਨ ਫੰਡ ਨਹੀਂ ਆਉਂਦੀ ਫੰਡਿੰਗ ਨਾ। ਲੇਕਿਨ ਜੇਕਰ ਇਹ ਰਿਹਾ ਹੁੰਦੇ ਨੇ ਤੁਸੀਂ ਕਿਵੇਂ ਦੇਖਦੇ ਹੋ? ਹਾਂਜੀ, ਜੇਕਰ ਇਹਨਾਂ ਨੂੰ ਰਿਹਾ ਕੀਤਾ ਜਾਂਦਾ ਹੈ ਤਾਂ ਕਿਵੇਂ ਦੇਖਦੇ ਹੋ ਤੁਸੀਂ, ਕਿਉਂਕਿ ਲਗਾਤਾਰ ਵੱਖ ਵੱਖ ਮੰਗ ਉੱਠ ਰਹੀ ਹੈ। ਵੱਖ ਕੀ, ਮੈਂ ਸੁਪਰੀਮ ਕੋਰਟ 'ਚ ਗਿਆ, ਸੁਪਰੀਮ ਕੋਰਟ 'ਚ ਉਹਨਾਂ ਨੇ ਕਹਿ ਦਿੱਤਾ ਵੀ ਇਹਨਾਂ ਨੂੰ ਨਹੀਂ ਛੱਡਿਆ ਜਾਏਗਾ, 3 ਬੈਂਚਾਂ ਨੇ ਕਿਹਾ, ਹੁਣ ਪੰਜਾਬ ਕੋਰਟ 'ਚ, ਹਾਈ ਕੋਰਟ 'ਚ ਇਹਨਾਂ ਨੇ ਕੇਸ ਪਾ ਦਿੱਤਾ, ਤੇ ਪੰਜਾਬ ਹਾਈ ਕੋਰਟ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਵੀ ਇਹ ਕੇਸ ਦਿੱਲੀ ਨਾਲ ਸੰਬੰਧਿਤ ਹੈ, ਦਿੱਲੀ ਜਾਣੇ, ਜੇ ਛੱਡਣਗੇ ਮੈਂ ਸੁਪਰੀਮ ਕੋਰਟ ਜਾਵਾਂਗਾ, ਸੁਪਰੀਮ ਕੋਰਟ ਦੇ ਜੱਜਾਂ ਨਾਲ ਲਿਖਿਆ ਮੇਰੇ ਕੋਲ, ਤੁਸੀਂ ਕੋਰਟ 'ਚ ਆ ਸਕਦੇ। ਤੁਸੀਂ SGPC ਜਾਂ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਗੱਲਬਾਤ ਕਰੋਗੇ ਕਿ ਆਹ ਸਾਰਾ ਮੇਰਾ ਪੱਖ ਹੈ, ਇਸ ਨੂੰ ਵੀ ਦੇਖਿਆ ਜਾਵੇ, ਸੁਣਿਆ ਜਾਵੇ, SGPC ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਨਾਲ ਗੱਲ ਕਰੋਗੇ? ਦੇਖੋ ਜੀ, ਅਕਾਲ ਤਖਤ ਸਾਹਿਬ ਸਾਡਾ ਸੁਪਰੀਮ ਹੈ ਜੀ, ਉਹਨਾਂ ਦੇ ਖਿਲਾਫ਼ ਉਹ ਮੈਂ ਟਿੱਪਣੀ ਕਰਾਂ, ਮੇਰੀ ਔਕਾਤ ਨਹੀਂ ਹੈ ਨਾ, ਮੈਂ ਉਹਨਾਂ ਦੇ ਖਿਲਾਫ਼ ਕੁਛ ਨਹੀਂ, ਮੈਂ ਆਪਣੀ ਕਾਨੂੰਨੀ ਕਾਰਵਾਈ ਕਰ ਰਿਹਾ, ਮੈਂ ਕਾਨੂੰਨੀ ਕਾਰਵਾਈ ਕਰੂੰ। ਮੈਂ ਤਾਂ ਪੰਕਜ ਜੀ ਅੱਜ 15-20-25 ਸਾਲ ਤੋਂ ਚੁੱਪੀ ਰਹੇ ਹਾਂ, ਕਦੀ ਬੋਲਿਆ ਜੀ, ਮੈਨੂੰ ਦੱਸੋ, ਇੱਕ ਤਾਂ ਨਾਲੇ ਬੰਬ ਚੜਾ ਤੇ, ਇੱਕ ਮੇਰੇ ਨਾਲ ਬੰਦੇ ਮਾਰਤੇ, ਮੇਰੇ ਸੁਰੱਖਿਆ ਕਰਮਚਾਰੀ ਮਾਰਤੇ, ਨਾ ਤੇ ਮੈਂ ਕਿਸੇ ਦਾ ਪੁਲਿਸ ਮੁਕਾਬਲਾ ਕਰਾਇਆ, ਮੈਂ ਕਿਸੇ ਦੇ ਪਰਚਾ ਦਰਜ ਕਰਾਇਆ, ਮੈਂ ਕਿਸੇ ਨੂੰ ਫੜਾਇਆ, ਜੇਲ੍ਹ 'ਚ ਫੜਾਇਆ, ਤੇ ਮੈਨੂੰ ਮੇਰਾ ਯਾਰ ਮਿਹਨਤ ਤੋਂ ਬਿਲਾ ਕਰੇ ਜੀ। ਹੁਣ ਦੱਸੋ, ਇੱਕ ਬੰਦਾ ਕਹਿੰਦਾ ਯਾਰ ਮੈਂ ਤੁਹਾਡੇ ਬਾਰੇ ਬੋਲਿਆ ਹੀ ਕੁਛ ਨੀ, ਉਹ ਰੋਜ਼ ਉੱਠ ਕੇ ਰੋਜ਼ ਕਦੇ ਬੰਦੇ ਸ਼ਬਦਾਂ ਦਾ ਇਸਤੇਮਾਲ ਕਰਨਾ, ਤੇ ਮੈਂ ਤਾਂ ਲੜਾਂਗਾ ਨਾ ਜੀ, ਮੈਂ ਕਿਉਂ ਨੀ ਲੜਾਂਗਾ ਇਹਨਾਂ ਨਾਲ, ਮੈਂ ਬੰਦੀ ਸਿੱਖਾਂ ਤੇ ਵੀ ਲੜੀ, ਜਿਹੜੇ ਮੌਤ ਦੇ ਸੁਧਾਕਰਾਂ ਦੀ ਵੀ ਮੈਂ ਲੜੀ।